डेरा सच्चा सौदा सिरसा दे दिल जोड़ माड़ा मामले ने नवा मोड़ लिया है। लड़के की उम्र उस समय 20 साल सी अते सर्टिफिकेट विच कटन करके 21 साल की गई सी। लड़की वालों एक होर केस फाइल किया गया है जिस विच उसका कहना है कि मेरे सहुरे घर सिख रीति रिवाजा मुताबक ब्याह होया सी। जानकारी देंदे हुए एडवोकेट रणवीर सिंह बराड़ अते सिद्धू का कहना है कि साडे क्लाइंट ते एक लड़की ने दोष लाया सी कि उसकी दिल जोड़ माला पा के डेरा सच्चा सौदा के रीति रिवाजा मुताबक शादी हुई सी। पर उस तो बाद ये नवा मामला सामने आया कि लड़के ने यह कहा कि मेरी उम्र उस समय 20 साल सी, पर दिल जोड़ माला प्रबंधक का कहना है कि असी कटन करके उम्र पूरी की सी। लड़की वालों एक होर मामला फाइल करवाया गया है जिस विच उसने कहा कि मेरी शादी मेरे सहुरे पिंड बंबीहा विखे सिख रीति रिवाजा मुताबक हुई सी। डिप्टी कमिश्नर नू दरखास्त दिती है कि इस मामले की इनकुआरी की जाए। सूत्रां दा कहना है कि इस तरह के होर भी कई मामले सामने आ सकते हैं। हाँ जी, जो पहला साढ़े क्लाइंट ने अपनी वाइफ से एलीगेशन लाई थी कि वो दिल जोड़ माला दा सिर्फ करवा के उसनू मैरिज कह रही है, जां उसते सैकंड मैरिज दी एलीगेशन ला रही है। उस दे संबंध च एक गल होर नवी निकल के सामने आई है जो साढ़े ਕਲਾਇੰਟ ਨੇ ਕੱਲ੍ਹ ਅੱਜ ਐਸ ਐਸ ਪੀ ਸਾਹਿਬ ਨੂੰ ਐਪਲੀਕੇਸ਼ਨ ਰਜਿਸਟਰੀ ਕਰਵਾਈ ਹੈ। ਉਸ ਦੇ ਵਿੱਚ ਇਹ ਹੈ ਕਿ ਜਦੋਂ ਇਹਨਾਂ ਦੀ ਦਿਲ ਜੋੜ ਮਾਲਾ ਹੋਈ ਤਾਂ ਸਾਡੇ ਕਲਾਇੰਟ ਦੀ ਉਮਰ 20 ਸਾਲ ਸੀ, ਤਾਂ ਉਸਨੇ ਆਪਣਾ ਇੱਥੇ ਚਾਰ ਪ੍ਰੇਮੀਆਂ ਦੇ ਉੱਪਰ ਅਤੇ ਆਪਣੀ ਵਾਈਫ ਦੇ ਉੱਪਰ ਇਹ ਐਲੀਗੇਸ਼ਨ ਲਾਏ ਕਿ ਇੱਥੋਂ ਕਾਪੀ ਬਠਿੰਡੇ ਤੋਂ ਲੈ ਕੇ ਗਏ, ਉਹਦੀ ਫੋਟੋਸਟੇਟ ਕਾਪੀ ਉਹਦੇ ਜਨਮ ਦੇ ਪਰੂਫ ਦੀ 10th ਦੇ ਸਰਟੀਫਿਕੇਟ ਦੀ, ਅਤੇ ਉਸ ਬੇਸ 'ਤੇ ਉਹਨਾਂ ਨੇ ਜਾ ਕੇ ਉਸ 'ਚ ਕੱਟ ਵੱਢ ਕਰਕੇ ਉਹਦੀ ਉਮਰ 21 ਸਾਲ ਪੂਰੀ ਕਰਕੇ ਉਸ ਦੇ ਬੇਸ 'ਤੇ ਉੱਥੇ ਦਿਲ ਜੋੜ ਮਾਲਾ ਕਰਵਾਈ। ਜਦ ਉਸਨੇ ਕਿਹਾ ਕਿ ਮੇਰੀ ਤਾਂ ਉਮਰ ਘੱਟ ਹੈ ਤਾਂ ਉਹਨਾਂ ਨੇ ਖੁਦ ਕਿਹਾ ਕਿ ਅਸੀਂ ਉੱਥੇ ਪੂਰੀ ਕਰਤੀ, ਤੇਰੀ ਉਮਰ ਪੂਰੀ ਕਰਤੀ। ਇਸ ਦਾ ਮਤਲਬ ਇਹ ਕਿ ਕਾਫੀ ਇਸ ਤਰ੍ਹਾਂ ਦੇ ਹੋਏ ਹੋਣਗੇ, ਜਾਂ ਉਮਰ ਪੂਰੀ ਕੀਤੀ, ਜਾਂ ਉਹਨਾਂ ਨੂੰ ਡੇਰੇ ਨੂੰ ਓਰੀਜਨਲ ਸਰਟੀਫਿਕੇਟ ਨਹੀਂ ਦਿਖਾਇਆ ਗਿਆ, ਜਾਂ ਡੇਰੇ ਵੱਲੋਂ ਦੇਖਿਆ ਨਹੀਂ ਗਿਆ ਓਰੀਜਨਲ ਸਰਟੀਫਿਕੇਟ। ਜੇਕਰ ਇਹ ਗੱਲ ਸਹੀ ਹੈ ਤਾਂ ਇਸ ਦੀ ਇਨਕੁਆਇਰੀ ਕਰਨੀ ਬਣਦੀ ਹੈ ਕਿ ਹੋਰ ਵੀ ਕਾਫੀ ਮਾਮਲੇ ਇਸ ਤਰ੍ਹਾਂ ਦੇ ਹੋਣਗੇ। ਹੋ ਸਕਦਾ ਮਾਈਨਰ ਦੀ ਉੱਥੇ ਜਿਹਨੂੰ ਇਹ ਮੈਰਿਜ ਕਹਿੰਦੇ ਨੇ ਦਿਲ ਜੋੜ ਮਾਲਾ ਕਰਵਾ ਕੇ ਤਾਂ ਰਹੀ ਜਾਂਦੇ ਹੋਣ ਇਕੱਠੇ, ਪਰ ਚੱਕਰ ਇਹ ਹੈ ਕਿ ਇੱਥੇ ਉਹਦੀ ਵਾਈਫ ਜੋ ਕਹਿ ਰਹੀ ਹੈ, ਅਲੈਜਡ ਵਾਈਫ ਹੈ, ਉਸਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਪਿੰਡ ਮੇਰੇ ਸਹੁਰੇ ਪਿੰਡ ਮੇਰੇ ਆਨੰਦ ਕਾਰਜ ਹੋਏ, ਦੁਬਾਰਾ ਉਹਨੇ ਜੋ ਡੋਮੈਸਟਿਕ ਵਾਇਲੈਂਸ ਐਕਟ ਦਾ ਕੇਸ ਫਾਈਲ ਕੀਤਾ, ਤਾਂ ਉਸ 'ਚ ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਸਹੁਰੇ ਪਿੰਡ ਮੇਰੇ ਆਨੰਦ ਕਾਰਜ ਹੋਏ। ਹਾਲਾਂਕਿ ਪਹਿਲਾਂ ਕਿਸੇ ਕੇਸ 'ਚ ਇਹ ਗੱਲ ਨਹੀਂ ਸੀ ਆਈ, ਤਾਂ ਉਹਨੇ ਹੁਣ ਉਸ ਦੇ ਸੰਬੰਧ 'ਚ ਵੀ ਐਪਲੀਕੇਸ਼ਨ ਦਿੱਤੀ ਹੈ ਐਸ ਐਸ ਪੀ ਸਾਹਿਬ ਨੂੰ, ਅਤੇ ਉਸ ਦੇ ਸੰਬੰਧ 'ਚ ਅਸੀਂ ਇੱਕ 340 ਦੀ ਐਪਲੀਕੇਸ਼ਨ ਵੀ ਲਾ ਰਹੇ ਹਾਂ, ਕੋਰਟ 'ਚ ਵੀ ਅਸੀਂ ਕੇਸ ਇਹਨਾਂ ਦੇ ਅਗੇਂਸਟ ਦਾਇਰ ਕਰ ਰਹੇ ਹਾਂ। ਇਹ ਤਾਂ ਇਹ ਹੈ ਕਿ ਇਸ ਨੂੰ ਚੰਗੀ ਤਰ੍ਹਾਂ ਇਨਕੁਆਇਰੀ ਕਰਕੇ, ਕਿਉਂਕਿ ਸਾਡੇ ਸੁਣ 'ਚ ਹੈ ਕਿ ਜਿੰਨੀਆਂ ਵੀ ਦਿਲ ਜੋੜ ਮਾਲਾ ਹੋਈਆਂ ਤਾਂ ਉਹਨਾਂ ਦੇ ਪ੍ਰੇਮੀਆਂ ਦੇ ਦੱਸਣ ਮੁਤਾਬਕ ਕਿ ਉਹਨਾਂ ਦਾ ਬਕਾਇਦਾ ਰਿਕਾਰਡ ਡੇਰੇ ਦੇ ਵਿੱਚ ਰੱਖਿਆ ਜਾਂਦਾ, ਉਹਨਾਂ ਦਾ ਡੇਟ ਆਫ ਬਰਥ ਦਾ ਪਰੂਫ ਵੀ ਉਹਨਾਂ ਤੋਂ ਲਿਆ ਜਾਂਦਾ। ਪਰ ਇੱਥੇ ਇਹ ਗੱਲ ਹੈ ਕਿ ਇਹ ਚਾਰ ਪੰਜ ਪ੍ਰੇਮੀਆਂ ਨੇ ਰਲ ਕੇ, ਜਾਂ ਤਾਂ ਕਹਿ ਸਕਦੇ ਹਾਂ ਕਿ ਡੇਰੇ ਨੂੰ ਵੀ ਮਿਸਗਾਈਡ ਕੀਤਾ, ਅਤੇ ਇਹਨੂੰ ਸਾਡੇ ਕਲਾਇੰਟ ਨੂੰ ਇਹਨੂੰ ਵੀ ਮਿਸਗਾਈਡ ਕੀਤਾ ਕਿ ਇਸ ਦੀ ਡੇਟ ਆਫ ਬਰਥ ਚੇਂਜ ਕਰਕੇ ਉੱਥੇ ਦੁਬਾਰਾ ਉਹਨਾਂ ਨੇ 21 ਸਾਲ ਤੋਂ ਘੱਟ ਉਮਰ ਵਿੱਚ ਦਿਲ ਜੋੜ ਮਾਲਾ ਕਰਵਾਈ ਹੈ, ਜਿਸ ਨੂੰ ਕਿ ਇਹ ਆਪਣੇ ਆਪ 'ਚ ਉਸਨੂੰ ਮੈਰਿਜ ਕਹਿ ਰਹੇ ਨੇ। ਜੇਕਰ ਮੈਰਿਜ ਕਹਿ ਰਹੇ ਨੇ, ਮੈਰਿਜ ਮੰਨਦੇ ਨੇ ਉਸਨੂੰ, ਜਿਹੜੇ ਵੀ ਪ੍ਰੇਮੀ ਮੰਨਦੇ ਨੇ, ਤਾਂ ਜੋ ਮੈਰਿਜ ਦੀ ਕਾਨੂੰਨ ਮੁਤਾਬਕ ਏਜ ਹੈ 19 ਅਤੇ 21 ਸਾਲ, ਤਾਂ ਉਸ ਤੋਂ ਘੱਟ ਉਹ ਕਿਵੇਂ ਉੱਥੇ ਕਰਵਾ ਸਕਦੇ ਨੇ। ਇਸ ਲਈ ਉਸ ਟਾਈਮ ਲੜਕੀ ਦੀ ਉਮਰ 18 ਸਾਲ ਸੀ ਅਤੇ ਲੜਕੇ ਦੀ ਉਮਰ 20 ਸਾਲ ਸੀ, ਇਹ ਨਹੀਂ ਪਤਾ ਹੁਣ ਸਿਰਫ ਇਹ ਲੜਕੇ ਦੀ ਉਮਰ ਚੇਂਜ ਕੀਤੀ ਹੈ ਜਾਂ ਲੜਕੀ ਦੀ ਵੀ ਚੇਂਜ ਕੀਤੀ ਹੈ। ਇਸ ਚੀਜ਼ ਨੂੰ ਵੈਰੀਫਾਈ ਕਰਨ ਲਈ ਇੱਥੇ ਲੜਕੇ ਵੱਲੋਂ ਐਸ ਐਸ ਪੀ ਸਾਹਿਬ ਨੂੰ ਇਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ, ਅਤੇ ਇਸ 'ਚ ਦੇਖਦੇ ਹਾਂ ਕਿ ਅੱਗੇ ਚੱਲ ਕੇ ਇਨਕੁਆਇਰੀ 'ਚ ਅੱਗੇ ਕੀ ਸਾਹਮਣੇ ਆਉਂਦਾ। ਜਿਵੇਂ ਤੁਹਾਨੂੰ ਬਰਾੜ ਸਾਹਿਬ ਨੇ ਦੱਸਿਆ ਹੀ ਹੈ, ਉਹਦੇ ਮੁਤਾਬਕ ਜਦੋਂ ਸਾਡੇ ਕਲਾਇੰਟ ਨੇ ਜੋ ਹੁਣ ਦਰਖਾਸਤ ਐਸ ਐਸ ਪੀ ਸਾਹਿਬ ਨੂੰ ਦਿੱਤੀ ਹੈ, ਉਹਦੇ ਮੁਤਾਬਕ ਜਦੋਂ ਉਹਦੀ ਮੈਰਿਜ ਹੋਈ ਸੀ ਉਹ 21 ਸਾਲ ਦਾ ਨਹੀਂ ਸੀਗਾ।
ਤੇ ਅਸੀਂ ਜਿਹੜੀ ਦਰਖਾਸਤ ਦਿੱਤੀ ਹੈ ਉਹਦੇ 'ਚ ਬਕਾਇਦਾ ਜਿਹੜੇ ਡੇਰੇ ਦੇ ਮੋਹਤਵਰ ਵੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਵੀ ਹੈ ਅਤੇ ਉਹ ਮੋਹਤਵਰ ਵੀ ਹੈਗੇ ਆ ਆਪਦੇ ਏਰੀਏ ਦੇ, ਉਹਨਾਂ ਨੇ ਇਹਦੇ ਜਿਹੜਾ ਸਰਟੀਫਿਕੇਟ ਦੇ ਉੱਤੇ ਕਟਿੰਗ ਕਰਕੇ, ਠੀਕ ਹੈ, ਇਹਨਾਂ ਦੀ ਉਮਰ 21 ਸਾਲ ਪੂਰੀ ਕਰਕੇ 21 ਤੋਂ ਵਧਾ ਕੇ ਬੰਦੇ ਦੀ, ਤਾਂ ਉਹ ਮੈਰਿਜ ਜਿਹੜੀ ਇਹਨਾਂ ਨੇ ਉਹ ਮੈਰਿਜ ਨਹੀਂ ਵੀ ਜਿਹੜੀ ਦਿਲ ਜੋੜ ਮਾਲਾ ਕਰਾਈ ਸੀ। ਅਤੇ ਉਹਦੇ ਉਸ ਵਿਹਾਵ 'ਤੇ ਜਿਹੜੇ ਜਿਹੜੇ ਬੰਦਿਆਂ ਦੇ ਅਸੀਂ ਦਰਖਾਸਤ ਦੇ ਵਿੱਚ ਨਾਂ ਦਿੱਤੇ ਆ ਉਹਦੇ 'ਚ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਜੀ। ਜੋ ਵੀ ਦੋਸ਼ੀ ਸਾਬਤ ਹੋਣਗੇ ਉਹ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੋਵੇਗੀ। ਅਤੇ ਬਾਕੀ ਅਸੀਂ 340 ਦੀ ਐਪਲੀਕੇਸ਼ਨ CRPC ਦੀ ਮਾਨਯੋਗ ਕੋਰਟ ਦੇ ਵਿੱਚ ਫਾਈਲ ਕਰ ਦਿੰਦੇ ਹਾਂ ਉਹਦੇ ਮੁਤਾਬਕ, ਕਿਉਂਕਿ ਲੜਕੀ ਕਿਤੇ ਕਹਿੰਦੀ ਆ ਵੀ ਮੇਰੀ ਜਿਹੜੀ ਹੋਈ ਸੀ ਜੋ 125 ਦਾ ਕੇਸ ਫਾਈਲ ਕੀਤਾ ਉਹਦੇ 'ਚ ਲੜਕੀ ਨੇ ਕਿਹਾ ਵੀ ਸਾਡਾ ਜਿਹੜਾ ਮੈਰਿਜ ਹੋਇਆ ਦਿਲ ਜੋੜ ਮਾਲਾ ਜਾਂ ਮੈਰਿਜ, ਉਹਨਾਂ ਨੇ ਮੈਰਿਜ ਲਿਖਿਆ ਵੀ ਸਾਡੀ ਡੇਰਾ ਸੱਚਾ ਸੌਦਾ ਸਿਰਸਾ ਦੇ ਵਿੱਚ ਹੋਈ ਸੀ, ਠੀਕ ਹੈ। ਅਤੇ ਹੁਣ ਜਿਹੜਾ DB Act ਦਾ ਨਵਾਂ ਫਾਈਲ ਕੀਤਾ ਉਹਦੇ 'ਚ ਲੜਕੀ ਕਹਿੰਦੀ ਹੈ ਵੀ ਮੇਰੀ ਜਿਹੜੀ ਮੈਰਿਜ ਹੈ ਬੰਬੀਹਾ ਪਿੰਡ 'ਚ ਬਾਏ ਵੇ ਆਫ ਦਾ ਸਿੱਖ ਰਾਈਟਸ ਹੋਈ ਸੀ। ਤਾਂ ਕਰਕੇ ਉਹਨੇ ਉਹਦੇ ਬਿਆਨਾਂ 'ਚ ਬਹੁਤ ਕੰਟਰਾਡਿਕਟਰੀ ਹੈ। ਤਾਂ ਕਰਕੇ ਅਸੀਂ 340 ਦੀ ਐਪਲੀਕੇਸ਼ਨ ਵੀ ਮਾਨਯੋਗ ਕੋਰਟ ਦੇ ਵਿੱਚ ਜਲਦ ਹੀ ਬਸ ਇੱਕ ਅੱਧੇ ਦਿਨ ਦੇ ਵਿੱਚ ਹੀ ਲਾ ਦੇਵਾਂਗੇ। ਹੁਣ ਜਿਵੇਂ ਇਹ ਮਾਮਲੇ 'ਚ ਆਇਆ ਗਾ ਵੀ ਕੱਟਾ ਵੱਡੀ ਕੀਤੀ ਹੈਗੀ ਡੇਟ ਆਫ ਬਰਥ 'ਚ, ਅਤੇ ਇਸ ਤਰ੍ਹਾਂ ਦੇ ਹੋਰ ਵੀ ਘਪਲੇ ਆਏ ਹੋਣਗੇ ਜੀ? ਹੋ ਸਕਦਾ ਜੀ, ਉਹ ਅਸਲ ਦੇ ਵਿੱਚ ਡੇਰੇ ਦਾ ਰਿਕਾਰਡ ਫਰੋਲਣ 'ਤੇ ਕਾਫੀ ਕੁਛ ਆਪਣੇ ਸਾਹਮਣੇ ਆ ਸਕਦਾ ਵੀ ਇਹ ਇੱਕ ਮਾਮਲੇ ਆਪਣੇ ਸਾਹਮਣੇ ਆਇਆ, ਹੋਰ ਕੀ ਪਤਾ ਕਿੰਨੇ ਕੁ ਮਾਮਲੇ ਆ ਜਿਨ੍ਹਾਂ 'ਚ ਜਿਹੜੇ ਘੱਟ ਉਮਰ ਦੇ ਮੁੰਡੇ ਕੁੜੀਆਂ ਦੇ ਇਹਨਾਂ ਨੇ ਜਿਹੜੇ ਮੂਹਰਲੇ ਮੋਹਤਬਰ ਬੰਦੇ ਸੀ ਉਹਨਾਂ ਨੇ ਇਹਦੇ ਵਿੱਚ ਕਟਿੰਗ ਕਰਕੇ ਅਤੇ ਜਿਹੜੇ ਹੈਗੇ ਆ ਮੈਰਿਜ ਵਗੈਰਾ ਕਰਵਾਈ ਆ। ਕੀ ਪਤਾ ਡੇਰੇ ਦੇ ਉੱਪਰ ਉਹਨਾਂ ਦੇ ਹਜੇ ਪ੍ਰਸ਼ਾਸਨ ਨੂੰ ਇਹ ਪਤਾ ਹੀ ਨਾ ਹੋਵੇ ਉਹ ਓਰੀਜਨਲ, ਵੈਸੇ ਉਹਨਾਂ ਨੂੰ ਓਰੀਜਨਲ ਵੈਰੀਫਾਈ ਕਰਨੇ ਬਣਦੇ ਸੀ ਜਦੋਂ ਉਹ ਮੈਰਿਜ ਕਰਦੇ ਸੀ, ਦਿਲ ਜੋੜ ਮਾਲਾ ਕਰਦੇ ਸੀ, ਸੋਰੀ ਮੈਰਿਜ ਨਹੀਂ, ਠੀਕ ਹੈ। ਹੁਣ ਇਸ ਮਾਮਲਾ ਤਫਤੀਸ਼ ਤੋਂ ਹੀ ਕਲੀਅਰ ਹੋ ਸਕਦਾ ਵੀ ਕਿੰਨੇ ਕੁ ਮਾਮਲੇ ਸੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।